ਗਿਆ ਸੁਣੀਐ ਮਨ ਰੱਖਿਆ ਭਾਉ ਲੋਕਰ ਹਾਸ ਕਰ ਲੈ ਜਾਏ ਗੁਰੂ ਨਾਨਕ ਗੁਰਮੁਖ ਵੇਦ ਗੁਰਮੁਖ ਰਹਾਸ ਸੁਣਾਈ ਗੁਰ ਈਸਰ ਗੁਰ ਗੋਰਖ ਪਰਮਾ ਜੇ ਹਉ ਜਾਣ ਆਖਾ ਨਾਹੀ ਕਹਿਣਾ ਕਰਤ ਨਾ ਜਾਈ ਗੁਰਾ ਇੱਕ ਦੇਵ ਜਹਾਈ ਸਭਨਾ ਕੀਆਂ ਕਾ ਇੱਕ ਦਾਤਾ ਸਭ ਗੁਣ ਤੇਰੇ ਮੈਂ ਨਾਹੀ ਕੋਏ
ਕੌਣ ਸਵੇਲਾ ਵਕਤ ਕਵਣ ਰੁਤੀ ਮਾਹ ਕਵਣ ਪੰਡਤੀ ਵਕਤ ਨਾ ਪਾਇਓ ਕਾਦੀਆਂ ਦਵਾਰ ਨਾ ਜੋਗੀ ਜਾਣ ਜਾ ਕਰਤਾ ਸਿੱਧੀ ਕੋ ਸਾਜਾ ਕਿਪਸਾ ਲਾਹਣ ਸਾ ਬੁਆ ਕਹਿ ਰੁਤੀ
ਜੀਵਾ ਇਸ ਵਿੱਚ ਤਤੀ ਥਾਰ ਹੁੰਦਾ ਚੰਦ ਸੂਰ ਦੇਵ ਦਾਨ ਮਨ ਖਾਣੀ ਬਾਣੀ ਸੁਧੀ ਸੇਵਕ ਗਿਆਨ ਗਏ ਮੁਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਰਤੀ ਛੱਡੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਕਲਾਬ ਜੀ ਆ
Thank you.
ਸੇਵੀ ਹੈ ਸੁਭਾਏ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ੍ਹ ਗੁਰਦਾਸਪੁਰ ਤੋਂ ਸੰਗਤਾਂ ਚੱਲ ਕੇ ਰਾਤ ਪੋਖਰਨ ਸਾਹਿਬ ਰਾਜਸਥਾਨ ਗੁਰੂ ਨਾਨਕ ਦੇਵ ਜੀ ਚਰਨ ਛੋਹ ਪ੍ਰਾਪਤ ਵਿਖੇ ਸੰਗਤਾਂ ਪਹੁੰਚੀਆਂ ਹਨ। ਇੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ, ਸੱਚੇ ਪਾਤਸ਼ਾਹ ਜੀ ਮੈਂ ਸਿੱਧਾਂ ਨਾਲ ਗੋਸ਼ਟ ਕਰਨ ਤੋਂ ਬਾਅਦ, ਨਾਨਕ ਮਤੇ ਤੋਂ ਬਾਅਦ ਇੱਥੇ ਮਹਾਰਾਜ ਜੀ ਨੇ ਆਪਣੇ ਡੇਰੇ ਲਾਏ। ਇੱਥੋਂ ਹੁਣ ਸੰਗਤਾਂ ਨੇ ਸਵੇਰੇ ਅੰਮ੍ਰਿਤ ਵੇਲੇ ਜਪੁਜੀ ਸਾਹਿਬ ਪਾਠ ਪੜ੍ਹ ਕੇ ਕੀਰਤਨ ਕਰਕੇ ਹੁਣ ਸੰਗਤਾਂ ਅੱਗੇ ਜੈਸਲਮੇਰ ਵੱਲ ਨੂੰ ਚਾਲੇ ਮਾਰਨ ਲੱਗੀ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।